संगरूर दे विच मास्टरां ते पुलिस विचकार जबरदस्त झड़प दीआं तस्वीरां सामने आईआं ने। संगरूर मुख्यमंत्री भगवंत मान दी संगरूर कोठी अगे पहुंचे 4161 मास्टर केडर स्कैटर्ड यूनियन दे आगुआं ते पुलिस विचाले धक्का मुक्की हुई। इस दौरान कईआं नूं मामूली सट्टां वजीआं। दस दईए कि 4161 मास्टर काडर यूनियन पंजाब ने मुख्यमंत्री घर दे अगे हल्ला बोल प्रदर्शन कीता। इस दौरान प्रदर्शनकारियां दी पुलिस दे नाल जबरदस्त झड़प हुई। पुलिस ने प्रदर्शनकारियां नूं 100 मीटर तक भजा दिता। इस धक्कामुक्की दे विच कई बेरोजगार अध्यापकां दीआं पग्गां उतर गईआं। इस मौके कुड़ियां ने इल्जाम लगाया कि मर्द पुलिस वाले कुड़ियां नूं घसीट के लै गए। सैकड़े की तादाद दे विच प्रदर्शनकारी लड़के लड़कियां मौजूद सन अते जिला पुलिस ने भी भारी बैरीकेडिंग कीती सी। ਅਸੀਂ ਅੱਜ ਸੰਗਰੂਰ ਪਹੁੰਚੇ ਹਾਂ ਜੀ ਮੁੱਖ ਮੰਤਰੀ ਦੀ। ਦੱਸੀਏ ਕਿ ਪ੍ਰਦਰਸ਼ਨਕਾਰੀਆਂ ਨੂੰ ਅਧਿਆਪਕਾਂ ਦੀਆਂ ਨੌਕਰੀਆਂ ਦੇ ਲਈ ਨਿਯੁਕਤੀ ਪੱਤਰ ਮਿਲ ਚੁੱਕੇ ਨੇ, ਪਰ ਅਜੇ ਤੱਕ ਸਟੇਸ਼ਨ ਅਲਾਟ ਨਹੀਂ ਕੀਤੇ ਜਾ ਰਹੇ। ਇਸੇ ਮੰਗ ਨੂੰ ਲੈ ਕੇ ਧਰਨਾ ਹੋ ਚੁੱਕੇ ਨੇ। ਸਾਡਾ ਮੈਡੀਕਲ ਵੀ ਹੋ ਚੁੱਕਿਆ, ਪਰ ਸਾਨੂੰ ਸਕੂਲਾਂ ਦੇ ਵਿੱਚ ਨਹੀਂ ਭੇਜ ਰਹੇ। ਅਸੀਂ ਸ਼ਾਂਤੀਪੂਰਵਕ ਜਾ ਰਹੇ ਸੀ, ਪਰ ਇੱਥੋਂ ਦੇ ਜੋ ਆ ਪੁਲਿਸ ਮੁਲਾਜ਼ਮ ਖੜੇ ਨੇ, ਸਾਡੇ ਭਾਈ ਨੇ, ਸਿਰ 'ਤੇ ਪੱਗਾਂ ਨੇ, ਸਾਡੇ ਵੀ ਪੱਗਾਂ ਨੇ, ਪਰ ਇਹਨਾਂ ਨੇ ਲਿਹਾਜ਼ ਨਹੀਂ ਕੀਤਾ। ਡੰਗਰਾਂ ਵਾਂਗੂ ਦੌੜਾ ਦੌੜਾ ਕੇ ਸਾਨੂੰ ਕੁੱਟਿਆ ਇਹਨਾਂ ਨੇ। ਕੁੜੀਆਂ ਭੈਣਾਂ ਦੀ ਇਹਨਾਂ ਨੇ ਤੱਕ ਦੀ ਲਿਹਾਜ਼ ਨਹੀਂ ਕੀਤੀ ਹੈਗੀ। ਇਹਨਾਂ ਦੇ ਜੈਂਟ ਜਿਹੜੇ ਮੇਲ ਸੀਗੇ, ਉਹਨਾਂ ਨੇ ਵੀ ਕੁੜੀਆਂ ਦੇ ਨਾਲ ਬਦਤਮੀਜੀ ਕੀਤੀ ਆ। ਉਹਨਾਂ ਦੇ ਹੁੱਜਾਂ ਮਾਰੀਆਂ ਨੇ, ਸੁੱਟੀਆਂ ਉਹਨਾਂ ਦੇ ਸਿੱਧੀਆਂ ਮਾਰੀਆਂ ਨੇਗੀਆਂ। ਇਹੀ ਅਸੀਂ ਅੱਗੇ ਆਪਦਾ ਕਰਦੇ ਹਾਂ ਕਿ ਸਾਨੂੰ ਅਸੀਂ ਆਪਦਾ ਰੋਸ ਪ੍ਰਦਰਸ਼ਨ ਕਰਾਂਗੇ। ਅਸੀਂ ਇੱਥੇ ਕੋਈ ਕੁਛ ਨਹੀਂ ਕਰਨਾ ਹੈ, ਸਿਰਫ ਸਾਨੂੰ ਇਹ ਸੀ ਕਿ ਸਾਨੂੰ ਸਕੂਲਾਂ ਦੇ ਵਿੱਚ ਭੇਜੋ। ਇਹ ਜਿਹੜਾ ਐਮੀਨੈਸ ਸਕੂਲਾਂ ਦਾ ਜਿਹੜਾ ਪ੍ਰਚਾਰ ਚੱਲ ਰਿਹਾ ਹੈ ਵੀ ਉੱਥੇ ਟੀਚਰ ਤੁਸੀਂ ਕਿੱਥੋਂ ਲਿਆਓਗੇ, ਇਹਨਾਂ ਨੇ ਵੱਡੇ ਵੱਡੇ ਹੋਰਡਿੰਗ ਲਾਤੇ ਕਿ ਅਸੀਂ ਇੰਨੀ ਭਰਤੀ ਕਰਤੀ, ਅਸੀਂ ਆਹ ਕਰਤਾ, ਪਰ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲੇ ਨੇ, ਦੋ ਦੋ ਟੈਸਟ ਉਹਨਾਂ ਦੇ ਕਲੀਅਰ ਨੇ ਸਾਡੇ। ਦੱਸ ਦਈਏ ਕਿ ਪ੍ਰਦਰਸ਼ਨਕਾਰੀਆਂ ਨੂੰ ਅਧਿਆਪਕਾਂ ਦੀਆਂ ਨੌਕਰੀਆਂ ਦੇ ਲਈ ਨਿਯੁਕਤੀ ਪੱਤਰ ਮਿਲ ਚੁੱਕੇ ਨੇ, ਪਰ ਅਜੇ ਤੱਕ ਸਟੇਸ਼ਨ ਅਲਾਟ ਨਹੀਂ ਕੀਤੇ ਜਾ ਰਹੇ। ਇਸੇ ਮੰਗ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ। ਸਰ, ਅਸੀਂ ਇਹਨਾਂ ਨੂੰ ਜਿੱਥੇ ਵੇਰਕਾ ਪਲਾਂਟ ਤੇ ਇਕੱਠੇ ਹੋਏ ਉੱਥੇ ਮੈਂ ਆਪ ਜਾ ਕੇ ਇਹਨਾਂ ਨੂੰ ਸਾਰੀ ਗੱਲ ਸਮਝਾਈ ਔਰ ਇਹਨਾਂ ਦੀ ਜਿੰਨੀਆਂ ਵੀ ਗ੍ਰੀਵੈਂਸੀ ਸੁਣ ਕੇ ਉੱਤੇ ਪ੍ਰੋਪਰ ਸੀਨੀਅਰ ਆਫੀਸਰਸ ਨੂੰ ਔਰ ਐਡਮਿਨਿਸਟ੍ਰੇਸ਼ਨ ਸਾਰਿਆਂ ਨੂੰ ਕਨਵੇ ਕੀਤੀਆਂ ਗਈਆਂ। ਫਿਰ ਇਹਨਾਂ ਦੇ ਜਿਹੜੇ ਲੀਡਰਸ, ਇਹਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਪਿਛਲੇ ਵਾਰੀ ਵੀ ਕਾਫੀ ਜ਼ਿਆਦਾ ਖੜੀ ਪੁਲਿਸ ਦੇ ਉੱਤੇ ਜਿਹੜੀ ਫੋਰਸ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਕਿ ਗਲਤ ਹੈ। ਬਟ ਇਹਨਾਂ ਨੇ ਗਿਣੇ ਮੱਥੇ ਤਰੀਕੇ ਦੇ ਨਾਲ ਉੱਥੋਂ ਕੱਟ ਕੀਤਾ ਆਉਂਦੇ ਸਾਰ। ਆਪਾਂ ਦੇਖਿਆ ਪੁਲਿਸ ਬੜੇ ਪਲੈਨਡ ਵੇ ਨਾਲ ਖੜੀ ਸੀ, ਇਹਨਾਂ ਡਿਸਿਪਲਨ ਵੇ ਜਾਫਤੇ ਅਨੁਸਾਰ। ਉਦੋਂ ਬਾਅਦ ਜੋ ਡਿਊਟੀ ਮੈਜਿਸਟ੍ਰੇਟ ਨੇ ਉਹਨਾਂ ਨੇ ਵੀ ਦੱਸਿਆ ਕਿ ਤੁਹਾਡਾ ਜਿਹੜਾ ਪ੍ਰੋਸੈਸ਼ਨ ਆ ਉਹ ਬਿਲਕੁਲ ਰੋਂਗ ਹੈ, ਕਿਉਂਕਿ ਪ੍ਰਾਈਵੇਟ ਕਲੋਨੀ ਹੈ ਅੱਗੇ ਅਤੇ ਨਾ ਹੀ ਕੋਈ ਇਹ ਧਰਨੇ ਵਾਲੀ ਪਲੇਸ ਜਿਹੜੀ ਡੈਜ਼ਿਗਨੇਟ ਕੀਤੀ ਗਈ ਹੈ। ਬਟ ਇਹਦੇ ਬਾਵਜੂਦ ਖੜੀ ਫੋਰਸ ਤੇ ਆਉਂਦੇ ਸਾਰ ਇਹਨਾਂ ਨੇ ਧੱਕਾ ਮੁੱਕੀ ਸਟਾਰਟ ਕਰ ਦਿੱਤੀ ਗਈ ਔਰ ਕਿ ਲਾਅ ਐਂਡ ਆਰਡਰ ਬ੍ਰੀਚ ਆਫ ਪੀਸ, ਪਬਲਿਕ ਟ੍ਰਾਂਕੁਲਿਟੀ ਨਾ ਹੋ ਜਾਏ ਜਾਂ ਹੋਰ ਹੈ, ਤਾਂ ਇਹਨਾਂ ਨੂੰ ਰੋਕਿਆ ਗਿਆ ਔਰ ਇਹਦੇ ਵਿੱਚ ਸਾਡੇ ਕੁਝ ਮੁਲਾਜ਼ਮ ਨੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਔਰ ਬਾਕੀ ਨੂੰ ਸਾਰਿਆਂ ਨੂੰ ਅਕੋਰਡਿੰਗ ਟੂ ਲਾਅ ਕੀਤਾ ਜਾਊਗਾ ਔਰ ਜੋ ਬਣਦੀ ਕਾਰਵਾਈ ਹੈ ਇਹਨਾਂ ਤੇ ਕੀਤੀ ਜਾਊਗੀ। ਸੰਗਰੂਰ ਤੋਂ ਬਿਊਰੋ ਰਿਪੋਰਟ, NC7 ਨਿਊਜ਼।